ਹਾਂਜੀ ਇੱਕ ਸਾਨੂੰ ਅੱਜ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ 5 ਵਿਅਕਤੀ ਨੇ ਜੋ ਜੂਆ ਖੇਡ ਰਹੇ ਨੇ ਖਾਲੀ ਪਲਾਟ ਦੇ ਵਿੱਚ ਬੈਠੇ ਮਾਰਕਲ ਕਲੋਨੀ ਦੇ ਵਿੱਚ, ਅਤੇ ਜਿਸ ਦੇ ਤਹਿਤ ਅਸੀਂ ASI ਜਰਨੈਲ ਸਿੰਘ ਵੱਲੋਂ ਉੱਥੇ ਰੇਡ ਕਰਕੇ ਚੈਕਿੰਗ ਕੀਤੀ ਗਈ, ਜਿਸ ਦੌਰਾਨ 5 ਵਿਅਕਤੀ ਉੱਥੇ ਜੂਆ ਖੇਡਦੇ ਪਾਏ ਗਏ ਨੇ, ਜਿਨ੍ਹਾਂ ਦੇ ਨਾਮ ਹੈ ਇੱਕ ਹਰੀਸ਼ ਕਪੂਰ ਸਾਬਕਾ MC, ਸੁਨੀਲ ਕੁਮਾਰ, ਗੁਲਸ਼ਨ ਕੁਮਾਰ, ਨਰੇਸ਼ ਗੋਇਲ ਅਤੇ ਸ਼ਸ਼ੀ ਭੂਸ਼ਣ, ਜਿਨ੍ਹਾਂ ਤੋਂ ਜੂਏ ਦੀ ਉੱਥੇ ਰਾਸ਼ੀ 16,930 ਰੁਪਏ ਬਰਾਮਦ ਹੋਈ ਹੈ, ਅਤੇ ਇਹਨਾਂ 'ਤੇ ਗੈਂਬਲਿੰਗ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਉਹ ਹਜੇ ਜਸਟ ਅੱਜ ਹੀ FIR ਦਰਜ ਕੀਤੀ ਹੈ, ਹੁਣ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਦੇ ਹਾਂ। ਮਾਰਕਲ ਕਲੋਨੀ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਖੇਡ ਰਹੇ ਸੀ ਬੈਠੇ 5 ਜਣੇ। ਇਹ ਗਲਤ ਹੈ ਜੀ, ਕਾਨੂੰਨ ਮੁਤਾਬਕ ਗੈਂਬਲਿੰਗ ਐਕਟ ਦੇ ਤਹਿਤ ਜੇ ਕੋਈ ਵੀ ਖੇਡੂਗਾ ਤਾਂ ਉਹਦੇ 'ਤੇ ਗੈਂਬਲਿੰਗ ਐਕਟ ਦੇ ਤਹਿਤ ਕਾਰਵਾਈ ਹੋਊਗੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਇੱਕ ਸਾਨੂੰ ਅੱਜ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ 5 ਵਿਅਕਤੀ ਨੇ ਜੋ ਜੂਆ ਖੇਡ ਰਹੇ ਨੇ ਖਾਲੀ ਪਲਾਟ ਦੇ ਵਿੱਚ ਬੈਠੇ ਮਾਰਕਲ ਕਲੋਨੀ ਦੇ ਵਿੱਚ, ਅਤੇ ਜਿਸ ਦੇ ਤਹਿਤ ਅਸੀਂ ASI ਜਰਨੈਲ ਸਿੰਘ ਵੱਲੋਂ ਉੱਥੇ ਰੇਡ ਕਰਕੇ ਚੈਕਿੰਗ ਕੀਤੀ ਗਈ, ਜਿਸ ਦੌਰਾਨ 5 ਵਿਅਕਤੀ ਉੱਥੇ ਜੂਆ ਖੇਡਦੇ ਪਾਏ ਗਏ ਨੇ, ਜਿਨ੍ਹਾਂ ਦੇ ਨਾਮ ਹੈ ਇੱਕ ਹਰੀਸ਼ ਕਪੂਰ ਸਾਬਕਾ MC, ਸੁਨੀਲ ਕੁਮਾਰ, ਗੁਲਸ਼ਨ ਕੁਮਾਰ, ਨਰੇਸ਼ ਗੋਇਲ ਅਤੇ ਸ਼ਸ਼ੀ ਭੂਸ਼ਣ, ਜਿਨ੍ਹਾਂ ਤੋਂ ਜੂਏ ਦੀ ਉੱਥੇ ਰਾਸ਼ੀ 16,930 ਰੁਪਏ ਬਰਾਮਦ ਹੋਈ ਹੈ, ਅਤੇ ਇਹਨਾਂ 'ਤੇ ਗੈਂਬਲਿੰਗ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਉਹ ਹਜੇ ਜਸਟ ਅੱਜ ਹੀ FIR ਦਰਜ ਕੀਤੀ ਹੈ, ਹੁਣ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਦੇ ਹਾਂ। ਮਾਰਕਲ ਕਲੋਨੀ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਖੇਡ ਰਹੇ ਸੀ ਬੈਠੇ 5 ਜਣੇ। ਇਹ ਗਲਤ ਹੈ ਜੀ, ਕਾਨੂੰਨ ਮੁਤਾਬਕ ਗੈਂਬਲਿੰਗ ਐਕਟ ਦੇ ਤਹਿਤ ਜੇ ਕੋਈ ਵੀ ਖੇਡੂਗਾ ਤਾਂ ਉਹਦੇ 'ਤੇ ਗੈਂਬਲਿੰਗ ਐਕਟ ਦੇ ਤਹਿਤ ਕਾਰਵਾਈ ਹੋਊਗੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਇੱਕ ਸਾਨੂੰ ਅੱਜ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ 5 ਵਿਅਕਤੀ ਨੇ ਜੋ ਜੂਆ ਖੇਡ ਰਹੇ ਨੇ ਖਾਲੀ ਪਲਾਟ ਦੇ ਵਿੱਚ ਬੈਠੇ ਮਾਰਕਲ ਕਲੋਨੀ ਦੇ ਵਿੱਚ, ਅਤੇ ਜਿਸ ਦੇ ਤਹਿਤ ਅਸੀਂ ASI ਜਰਨੈਲ ਸਿੰਘ ਵੱਲੋਂ ਉੱਥੇ ਰੇਡ ਕਰਕੇ ਚੈਕਿੰਗ ਕੀਤੀ ਗਈ, ਜਿਸ ਦੌਰਾਨ 5 ਵਿਅਕਤੀ ਉੱਥੇ ਜੂਆ ਖੇਡਦੇ ਪਾਏ ਗਏ ਨੇ, ਜਿਨ੍ਹਾਂ ਦੇ ਨਾਮ ਹੈ ਇੱਕ ਹਰੀਸ਼ ਕਪੂਰ ਸਾਬਕਾ MC, ਸੁਨੀਲ ਕੁਮਾਰ, ਗੁਲਸ਼ਨ ਕੁਮਾਰ, ਨਰੇਸ਼ ਗੋਇਲ ਅਤੇ ਸ਼ਸ਼ੀ ਭੂਸ਼ਣ, ਜਿਨ੍ਹਾਂ ਤੋਂ ਜੂਏ ਦੀ ਉੱਥੇ ਰਾਸ਼ੀ 16,930 ਰੁਪਏ ਬਰਾਮਦ ਹੋਈ ਹੈ, ਅਤੇ ਇਹਨਾਂ 'ਤੇ ਗੈਂਬਲਿੰਗ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਉਹ ਹਜੇ ਜਸਟ ਅੱਜ ਹੀ FIR ਦਰਜ ਕੀਤੀ ਹੈ, ਹੁਣ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਦੇ ਹਾਂ। ਮਾਰਕਲ ਕਲੋਨੀ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਖੇਡ ਰਹੇ ਸੀ ਬੈਠੇ 5 ਜਣੇ। ਇਹ ਗਲਤ ਹੈ ਜੀ, ਕਾਨੂੰਨ ਮੁਤਾਬਕ ਗੈਂਬਲਿੰਗ ਐਕਟ ਦੇ ਤਹਿਤ ਜੇ ਕੋਈ ਵੀ ਖੇਡੂਗਾ ਤਾਂ ਉਹਦੇ 'ਤੇ ਗੈਂਬਲਿੰਗ ਐਕਟ ਦੇ ਤਹਿਤ ਕਾਰਵਾਈ ਹੋਊਗੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਇੱਕ ਸਾਨੂੰ ਅੱਜ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ 5 ਵਿਅਕਤੀ ਨੇ ਜੋ ਜੂਆ ਖੇਡ ਰਹੇ ਨੇ ਖਾਲੀ ਪਲਾਟ ਦੇ ਵਿੱਚ ਬੈਠੇ ਮਾਰਕਲ ਕਲੋਨੀ ਦੇ ਵਿੱਚ, ਅਤੇ ਜਿਸ ਦੇ ਤਹਿਤ ਅਸੀਂ ASI ਜਰਨੈਲ ਸਿੰਘ ਵੱਲੋਂ ਉੱਥੇ ਰੇਡ ਕਰਕੇ ਚੈਕਿੰਗ ਕੀਤੀ ਗਈ, ਜਿਸ ਦੌਰਾਨ 5 ਵਿਅਕਤੀ ਉੱਥੇ ਜੂਆ ਖੇਡਦੇ ਪਾਏ ਗਏ ਨੇ, ਜਿਨ੍ਹਾਂ ਦੇ ਨਾਮ ਹੈ ਇੱਕ ਹਰੀਸ਼ ਕਪੂਰ ਸਾਬਕਾ MC, ਸੁਨੀਲ ਕੁਮਾਰ, ਗੁਲਸ਼ਨ ਕੁਮਾਰ, ਨਰੇਸ਼ ਗੋਇਲ ਅਤੇ ਸ਼ਸ਼ੀ ਭੂਸ਼ਣ, ਜਿਨ੍ਹਾਂ ਤੋਂ ਜੂਏ ਦੀ ਉੱਥੇ ਰਾਸ਼ੀ 16,930 ਰੁਪਏ ਬਰਾਮਦ ਹੋਈ ਹੈ, ਅਤੇ ਇਹਨਾਂ 'ਤੇ ਗੈਂਬਲਿੰਗ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਉਹ ਹਜੇ ਜਸਟ ਅੱਜ ਹੀ FIR ਦਰਜ ਕੀਤੀ ਹੈ, ਹੁਣ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਦੇ ਹਾਂ। ਮਾਰਕਲ ਕਲੋਨੀ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਖੇਡ ਰਹੇ ਸੀ ਬੈਠੇ 5 ਜਣੇ। ਇਹ ਗਲਤ ਹੈ ਜੀ, ਕਾਨੂੰਨ ਮੁਤਾਬਕ ਗੈਂਬਲਿੰਗ ਐਕਟ ਦੇ ਤਹਿਤ ਜੇ ਕੋਈ ਵੀ ਖੇਡੂਗਾ ਤਾਂ ਉਹਦੇ 'ਤੇ ਗੈਂਬਲਿੰਗ ਐਕਟ ਦੇ ਤਹਿਤ ਕਾਰਵਾਈ ਹੋਊਗੀ। ਬਿਲਕੁਲ ਜੀ, ਬਿਲਕੁਲ।